ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਕਰੇਵਿੰਗ ਪੁਆਇੰਟ 'ਤੇ। ਅੱਜ ਆਪਾਂ ਲੈਫਟ ਓਵਰ ਰਾਈਸ ਅਤੇ ਸਨੈਕਸ ਬਣਾਵਾਂਗੇ। ਮੇਰੇ ਕੋਲ ਸਵੀਟ ਰਾਈਸ ਬਚੇ ਹੋਏ ਸੀ ਅਤੇ ਮੈਂ ਇਹ ਸਵੀਟ ਰਾਈਸ ਲਿੱਤੇ ਨੇ। ਇਹਦੇ ਵਿੱਚ ਮੈਂ ਇੱਕ ਕਟੋਰੀ ਬੇਸਣ ਪਾਇਆ ਹੈ ਅਤੇ ਇਹਦੇ ਵਿੱਚ ਮੈਂ ਹਲਦੀ, ਨਮਕ, ਮਿਰਚ ਆਪ ਅਕੋਰਡਿੰਗ ਟੂ ਮਾਈ ਟੇਸਟ ਪਾਇਆ ਹੈ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ। ਨਾਲੇ ਇਹਦੇ ਵਿੱਚ ਮੈਂ ਕਸੂਰੀ ਮੇਥੀ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ ਯੂਜ਼ ਕੀਤਾ ਹੈ ਅਤੇ ਥੋੜ੍ਹਾ ਜਿਹਾ ਵਿਨੇਗਰ ਪਾਵਾਂਗੀ ਮੈਂ ਇਹਦੇ ਵਿੱਚ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਹੁਣ ਇਹਦੇ ਵਿੱਚ ਅਨੀਅਨਸ ਪਾ ਲੈਣੇ ਨੇ। ਮੈਂ ਇੱਕ ਦੋ ਤਿੰਨ ਅਨੀਅਨਸ ਪਾਏ ਨੇ ਕੱਟ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇੱਕ ਪੈਨ ਦੇ ਵਿੱਚ ਤੇਲ ਗਰਮ ਕਰ ਲੈਣਾ ਹੈ। ਮੈਂ ਉਸ ਪੈਨ ਦੇ ਵਿੱਚ ਤੇਲ ਗਰਮ ਕਰਕੇ ਹੁਣ ਇਹਨਾਂ ਨੂੰ ਪਾ ਦੇਵਾਂਗੀ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਡੀਪ ਫਰਾਈ ਕਰਨਾ ਹੈ। ਇਹ ਬਹੁਤ ਹੀ ਯੂਨੀਕ ਰੈਸਪੀ ਹੈ, ਬਿਕੋਜ਼ ਜਦੋਂ ਵੀ ਆਪਾਂ ਕਦੇ ਰਾਈਸ ਬਣਾਉਂਦੇ ਹਾਂ ਭਾਵੇਂ ਉਹ ਨਮਕੀਨ ਹੋਣ ਭਾਵੇਂ ਉਹ ਮਿੱਠੇ ਹੋਣ ਤਾਂ ਬਚ ਜਾਂਦੇ ਨੇ ਅਤੇ ਆਪਾਂ ਉਹਨਾਂ ਨੂੰ ਇੱਦਾਂ ਯੂਜ਼ ਕਰ ਸਕਦੇ ਹਾਂ। ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਅਤੇ ਫਿਰ ਕੱਢ ਲੈਣਾ ਹੈ ਜਦੋਂ ਇਹ ਬਰਾਊਨ ਹੋ ਜਾਣ। ਯੂ ਕੈਨ ਸੀ ਕਿੰਨੇ ਟੇਸਟੀ ਲੱਗ ਰਹੇ ਨੇ ਅਤੇ ਆਪ ਇਹਨਾਂ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਸਰਵ ਕਰ ਦਿਉ ਸੌਸ ਦੇ ਨਾਲ। ਐਂਡ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ, ਔਲਸੋ ਲਾਈਕ ਐਂਡ ਸਬਸਕ੍ਰਾਈਬ। ਥੈਂਕ ਯੂ ਵੈਰੀ ਮੱਚ।